ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਇੱਕ ਬਹੁਤ ਖਤਰਨਾਕ ਰੁਝਾਨ ਸ਼ੁਰੂ ਹੋ ਗਿਆ ਹੈ ਕਿ ਪਵਿੱਤਰ ਗੁਰਬਾਣੀ ਦੀਆਂ ਪੰਕਤੀਆਂ ਨੂੰ ਸੂਟਾਂ ਅਤੇ ਹੋਰ ਕੱਪੜਿਆਂ ਤੇ ਪ੍ਰਿੰਟ ਕਰਵਾਇਆ ਜਾ ਰਿਹਾ ਹੈ ਹੁਣੇ ਜਿਹੇ ਇੱਕ ਤਸਵੀਰ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਔਰਤ ਵੱਲੋਂ ਸੂਟ ਤੇ ਬਾਣੀ ਲਿਖਵਾਈ ਗਈ ਹੈ ਇਹ ਸੂਟ ਪਾ ਕੇ ਉਹ ਜੁੱਤੀਆਂ ਵਾਲੀ ਦੁਕਾਨ ਤੇ ਖੜੀ ਹੈ ਅਤੇ ਮਮਕਨ ਹੈ ਕਿ ਉਸਦੇ ਸੂਟ ਨਾਲ ਜੁੱਤੀਆਂ ਖਹਿ ਵੀ ਜਾਂਦੀਆਂ ਹੋਣ ਆਪ ਜੀ ਸਕਰੀਨ ਤੇ ਉਹ ਤਸਵੀਰ ਦੇਖ ਸਕਦੇ ਹੋ ਇਸ ਤਸਵੀਰ ਨੂੰ ਦੇਖ ਕੇ ਕਈ ਪੰਥਦਰਦੀ ਵੀਰਾਂ ਨੇ ਸਾਨੂੰ ਇਸ ਵਿਸ਼ੇ ਤੇ ਵੀਡੀਓ ਬਣਾਉਣ ਲਈ ਕਿਹਾ ਸੀ ਜਿਸ ਸਦਕਾ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਜਿਸ ਗੁਰਬਾਣੀ ਦੇ ਸਤਕਾਰ ਲਈ ਸਿੱਖ ਸਭ ਕੁਝ ਕੁਰਬਾਨ ਕਰਨ ਲਈ ਤਤਪਰ ਰਹਿੰਦਾ ਹੈ ਅੱਜ ਉਸੇ ਵੱਲੋਂ ਹੀ ਜਾਣੇ-ਅਣਜਾਣੇ ਦੇ ਵਿੱਚ ਗੁਰਬਾਣੀ ਨੂੰ ਸੂਟਾਂ ਕੱਪੜਿਆਂ ਜਾਂ ਹੱਥਾਂ ਦੇ ਟੈਟੂ ਦੇ ਰੂਪ ਵਿੱਚ ਲਿਖਵਾਇਆ ਜਾ ਰਿਹਾ ਹੈ ਜਿਸ ਕਾਰਨ ਗੁਰਬਾਣੀ ਦਾ ਘੋਰ ਨਰਾਦਰ ਹੋ ਰਿਹਾ ਹੈ ਜਦੋਂ ਆਪਾਂ ਗੁਰਬਾਣੀ ਦਾ ਪਾਠ ਪੋਥੀ ਜਾਂ ਗੁਟਕਾ ਸਾਹਿਬ ਤੋਂ ਕਰਦੇ ਹਾਂ ਤਨ ਹੱਥ ਪੈਰ ਅਤੇ ਮੂੰਹ ਸੁੱਚੇ ਕਰਕੇ ਕਰਦੇ ਹਾਂ ਅਤੇ ਇਸ ਨੂੰ ਪੰਜ ਅਸ਼ਨਾਨਾ ਵੀ ਕਿਹਾ ਜਾਂਦਾ ਹੈ। ਮਕਦਸ ਗੁਰਬਾਣੀ ਦੇ ਗੁਟਕਾ ਸਾਹਿਬ ਅਤੇ ਪੋਥੀਆਂ ਨੂੰ ਹਮੇਸ਼ਾ ਰੁਮਾਲਿਆਂ ਦੇ ਵਿੱਚ ਰੱਖਿਆ ਜਾਂਦਾ ਹੈ। ਭਾਵੇਂ ਹੈ ਕਿ ਅਸੀਂ ਗੁਰਬਾਣੀ ਦਾ ਅਦਬ ਕਰਨ ਲਈ ਪੂਰੀ ਕੋਸ਼ਿਸ਼ ਕਰਦੇ ਹਾਂ। ਹੁਣ ਵਿਚਾਰੀਏ ਕਿ ਜੋ ਗੁਰਬਾਣੀ ਸੂਟਾਂ ਤੇ ਲਿਖੀ ਹੋਈ ਹੋਵੇ ਉਸ ਦੀ ਕਿਸ ਹੱਦ ਤੱਕ ਵਿਅਦਬੀ ਹੁੰਦੀ ਹੋਵੇਗੀ। ਪਹਿਲੀ ਗੱਲ ਇਹ ਹੈ ਕਿ ਤਸਵੀਰ ਵਿੱਚ ਸੂਟ ਦੇ ਪਿਛਲੇ ਪਾਸੇ ਤੇ ਵੀ ਬਾਣੀ ਲਿਖੀ ਹੋਈ ਹੈ। ਜਿਸ ਕਾਰਨ ਬੈਠਣ ਸਮੇ ਇਹ ਬਾਣੀ ਠਾ ਆ ਜਾਂਦੀ ਹੋਵੇਗੀ ਜਿਸ ਕਰਕੇ ਗੁਰਬਾਣੀ ਦੀ ਸਖਤ ਬਿਆਦਬੀ ਹੋ ਰਹੀ ਹੈ ਗੰਦੀਆਂ ਥਾਵਾਂ ਤੇ ਜਿੱਥੇ ਸਿਗਰਟਾਂ ਆਦ ਵੀ ਪਈਆਂ ਹੋ ਸਕਦੀਆਂ ਹਨ ਉਹਨਾਂ ਥਾਵਾਂ ਤੇ ਜਿਵੇਂ ਕਿ ਪਾਰਕ ਦੇ ਵਿੱਚ ਬੈਂਚ ਬੱਸਾਂ ਦੀਆਂ ਸੀਟਾਂ ਆ ਤੇ ਬੈਠਣ ਨਾਲ ਸੋਚੋ ਕਿੰਨੀ ਕੁ ਬਾਣੀ ਦੀ ਬਿਆਦਬੀ ਹੁੰਦੀ ਹੋਵੇਗੀ ਦੂਜੀ ਗੱਲ ਇਹ ਸੂਟ ਪਾ ਕੇ ਬਾਥਰੂਮ ਜਾਣ ਵੇਲੇ ਤਾਂ ਬਿਆਦਬੀ ਦੀ ਹੱਦ ਹੀ ਹੋਵੇਗੀ ਜੋ ਬਿਆਦਬੀ ਉੱਥੇ ਬਾਣੀ ਦੀ ਹੋਵੇਗੀ ਉਹ ਤਾਂ ਕਥਨ ਤੋਂ ਬਾਹਰ ਹੈ ਬਸ ਦੁਨੀਆ ਗਰਕਣ ਨੂੰ ਆਈ ਹੋਈ ਹੈ ਇੰਨਾ ਭਾਰ ਇਹ ਕਾਇਨਾਤ ਕਿਵੇਂ ਸਹਿ ਸਕਦੀ ਹੈ ਗੁਰੂ ਜੀ ਮਿਹਰ ਕਰਨ ਤੀਜੀ ਗੱਲ ਜੇਕਰ ਸੂਟ ਦੇ ਪਿਛਲੇ ਪਾਸੇ ਨਾਮ ਹੀ ਬਾਣੀ ਲਿਖੀ ਹੋਵੇ ਤਾਂ ਬਾਣੀ ਅਗਲੇ ਪਾਸੇ ਹੀ ਲਿਖੀ ਹੋਵੇ ਤਾਂ ਵੀ ਵਿਅਦੀ ਹੁੰਦੀ ਹੋਵੇਗੀ ਕਈ ਵਾਰੀ ਲੱਤਾਂ ਤੇ ਥਾਲ ਜਾਂ ਪਲੇਟ ਆਦ ਰੱਖ ਕੇ ਭੋਜਨ ਆਦ ਕਰੀਦਾ ਹੈ ਉਸ ਵੇਲੇ ਭੋਜਨ ਵਾਲੀ ਜੁੱਠੀ ਪਲੇਟ ਥੱਲੇ ਬਾਣੀ ਹੋਣ ਕਰਕੇ ਸਖਤ ਵਿਅਦੀ ਹੁੰਦੀ ਹੋਵੇਗੀ ਕਈ ਵਾਰੀ ਬੱਚਾ ਚੁੱਕਿਆ ਹੋਵੇ ਅਤੇ ਬੱਚਾ ਗੋਦੀ ਦੇ ਵਿੱਚ ਹੀ ਪਿਸ਼ਾਬ ਆਦ ਕਰਦੇਵੇ ਤਾਂ ਸੋਚੋ ਬਾਣੀ ਦੀ ਕਿੰਨੀ ਕਿ ਵਿਅਦਬੀ ਹੁੰਦੀ ਹੋਵੇਗੀ ਮੁੱਖੀ ਗੱਲ ਇਹ ਹੈ ਕਿ ਕੱਪੜਿਆਂ ਤੇ ਬਾਣੀ ਲਿਖਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਇਹ ਵਿਅਦਬੀ ਫੌਰਨ ਬੰਦ ਹੋਣੀ ਚਾਹੀਦੀ ਹੈ ਹੋਰ ਵੀ ਇਦਾਂ ਦੀਆਂ ਬਹੁਤ ਮਿਸਾਲਾਂ ਦਿੱਤੀਆਂ ਜਾ ਸਕਦੇ ਆ ਹਨ ਜਿਨ੍ਹਾਂ ਤੋਂ ਸਾਬਤ ਹੋ ਜਾਵੇਗਾ ਕਿ ਸੂਟਾਂ ਜਾਂ ਕੱਪੜਿਆਂ ਤੇ ਬਾਣੀ ਦੀਆਂ ਪੰਕਤੀਆਂ ਲਿਖਣੀਆਂ ਠੀਕ ਨਹੀਂ ਹਨ ਪੁਰਾਤਨ ਕਿਸੇ ਵੀ ਰਵਾਇਤ ਮੁਤਾਬਕ ਕੱਪੜਿਆਂ ਤੇ ਬਾਣੀ ਲਿਖਣ ਦਾ ਕੋਈ ਸਿਧਾਂਤ ਸਾਬਤ ਨਹੀਂ ਹੁੰਦਾ ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਿਆਂ ਤੇ ਵੀ ਬਾਣੀ ਲਿਖਣ ਵਾਲੀ ਨਵੀਂ ਰੀਤੀ ਦੇ ਉਲਟ ਹਾਂ ਪਰ ਆਮ ਲੋਕਾਂ ਦੇ ਕੱਪੜਿਆਂ ਤੇ ਬਾਣੀ ਲਿਖਣੀ ਬੂਲੋਂ ਹੀ ਗਲਤ ਗੱਲ ਹੈ ਸੋ ਇਸ ਨਵੀਂ ਉੱਠੀ ਕ੍ਰੀਤੀ ਨੂੰ ਹੁਣੇ ਹੀ ਰੋਕ ਦੇਣਾ ਚਾਹੀਦਾ ਹੈ ਚਲੋ ਇਸ ਸੂਟ ਵਾਲੀ ਤਾਂ ਇੱਕ ਐਕਸਟ੍ਰੀਮ ਐਗਜ਼ਾਮਪਲ ਹੈ ਅਤੇ ਇਹ ਪੜਾ ਰਿਵਾਜ ਹਜੇ ਆਮ ਪ੍ਰਚਲਿਤ ਨਹੀਂ ਹੋਇਆ ਪਰ ਟੀ-ਸ਼ਰਟਾਂ ਤੇ ਇੱਕ ਓਂਕਾਰ ਜਾਂ ਖੰਡਾ ਪ੍ਰਿੰਟ ਕਰਨਾ ਤਾਂ ਇੱਕ ਆਮ ਜਹੀ ਗੱਲ ਹੈ ਅਜਿਹੀਆਂ ਟੀ-ਸ਼ਰਟਾਂ ਪਾਉਣ ਵਾਲੇ ਇਹ ਨਹੀਂ ਸੋਚਦੇ ਕਿ ਉਹ ਬਾਣੀ ਜਾਂ ਬਾਣੀ ਦੇ ਮੁੱਢਲੇ ਸ਼ਬਦ ਓਂਕਾਰ ਦੀ ਕਿੰਸੀ ਘੋਰ ਬਿਆਦਵੀ ਕਰਦੇ ਹਨ ਖੰਡਾ ਦਸਤਾਰ ਤੇ ਸਜਾਉਣ ਲਈ ਹੁੰਦਾ ਹੈ ਜਾਂ ਨਿਸ਼ਾਨ ਸਾਹਿਬ ਤੇ ਪਰ ਜਦੋਂ ਇਸ ਨੂੰ ਬਾਹਾਂ ਜਾਂ ਛਾਤੀਆਂ ਤੇ ਛਪਾਇਆ ਜਾਂਦਾ ਹੈ ਤਾਂ ਲੰਮੇ ਪੈਣ ਸਮੇਂ ਜਾਂ ਹੋਰ ਜਿਹੀਆਂ ਗਤੀਵਿਧੀਆਂ ਕਰਨ ਸਮੇਂ ਏਕ ਓੰਕਾਰ ਜਾਂ ਖੰਡੇ ਦੀ ਵਿਅਦੀ ਹੋਣੀ ਸੁਭਾਵਕ ਗੱਲ ਹੈ ਹੁਣ ਇਹ ਵਿਅਦੀ ਇੰਨੀ ਆਮ ਹੋ ਗਈ ਹੈ ਕਿ ਕੋਈ ਮਹਿਸੂਸ ਵੀ ਨਹੀਂ ਕਰਦਾ ਕਿ ਵਿਅਦੀ ਹੋਈ ਹੈ ਜਦੋਂ ਸ਼ਰਾਬਾਂ ਪੀਣ ਵਾਲੇ ਸਿਗਰਟਾਂ ਪੀਣ ਵਾਲੇ ਨੌਜਵਾਨ ਖੰਡੇ ਜਾਂ ਏਕ ਓੰਕਾਰ ਵਾਲੀਆਂ ਟੀ-ਸ਼ਰਟਾਂ ਪਾ ਕੇ ਕਲੱਬਾਂ ਦੇ ਵਿੱਚ ਜਾ ਕੇ ਨੱਚਦੇ ਹਨ ਤਾਂ ਇਹਨਾਂ ਸਿੱਖੀ ਦੇ ਨਿਸ਼ਾਨਾਂ ਦਾ ਕਿੰਨਾ ਕੁ ਸਤਕਾਰ ਉੱਥੇ ਰਹਿ ਜਾਂਦਾ ਹੈ ਸੰਗਤਾਂ ਆਪੇ ਅੰਦਾਜ਼ਾ ਲਾ ਲੈਣ। ਇਸੇ ਹੀ ਲੜੀ ਇਹਦੀਨ ਹੱਥਾਂ ਬਾਹਾਂ ਤੇ ਬਾਣੀ ਦੀਆਂ ਪੰਕਤੀਆਂ ਜਾਂ ਇੱਕ ਓੰਕਾਰ ਜਾਂ ਖੰਡੇ ਦੇ ਟੈਟੂ ਉਹ ਕਰਵਾਉਣੇ ਵੀ ਠੀਕ ਨਹੀਂ ਹੈ। ਜੇਕਰ ਤੁਸੀਂ ਆਪਣੇ ਤੇ ਇੱਕ ਓੰਕਾਰ ਜਾਂ ਖੰਡਾ ਉਹ ਕਰਵਾਉਣਾ ਹੀ ਹੈ ਤਾਂ ਆਪਣੇ ਹਿਰਦੇ ਤੇ ਕਰਵਾਓ। ਹਿਰਦੇ ਵਿੱਚ ਬਾਣੀ ਧਾਰਨ ਕਰਨ ਲਈ ਮਿਹਨਤ ਕਰਨੀ ਪਵੇਗੀ। ਪਰ ਇਹ ਜੋ ਬਾਣੀ ਅਤੇ ਓੰਕਾਰ ਜਾਂ ਖੰਡਾ ਹਿਰਦੇ ਤੇ ਕਰਵਾਇਆ ਜਾਵੇਗਾ ਸੋ ਸਾਡੇ ਨਾਲ ਨਿਭੇਗਾ ਇਸ ਦੁਨੀਆ ਵਿੱਚ ਅਤੇ ਅਗਲੀ ਦੁਨੀਆ ਵਿੱਚ ਵੀ ਨਾਲ ਜਾਵੇਗਾ ਸਰੀਰ ਤੇ ਧਾਰਨ ਕਰਨ ਲਈ ਗੁਰੂ ਜੀ ਨੇ ਕਕਾਰ ਦਸਤਾਰ ਸ਼ਸਤਰ ਅਤੇ ਬਾਣਾ ਬਖਸ਼ਿਆ ਹੈ ਹਿਰਦੇ ਤੇ ਧਾਰਨ ਕਰਨ ਲਈ ਗੁਰੂ ਜੀ ਨੇ ਨਾਮ ਗੁਰਬਾਣੀ ਬਖਸ਼ੀ ਹੈ ਜਿਵੇਂ ਹਿਰਦੇ ਤੇ ਕਕਾਰ ਜਾਂ ਦਸਤਾਰ ਧਾਰਨ ਨਹੀਂ ਕੀਤੇ ਜਾਂਦੇ ਅਤੇ ਇਹ ਸਰੀਰ ਤੇ ਹੀ ਧਾਰਨ ਕੀਤੇ ਜਾਂਦੇ ਹਨ ਉਸੇ ਤਰ੍ਹਾਂ ਹੀ ਨਾਮ ਗੁਰਬਾਣੀ ਰਸਨਾ ਮਨ ਅਤੇ ਹਿਰਦੇ ਦੇ ਵਿੱਚ ਧਾਰਨ ਕੀਤੇ ਜਾਂਦੇ ਹਨ ਕੱਪੜਿਆਂ ਨਾਲ ਸਰੀਰਾਂ ਤੇ ਨਹੀਂ ਅਸੀਂ ਸਮੂਹ ਗੁਰਨਾਕ ਨਾਮਲੇਵਾ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਜਾਣ ਬੁੱਝ ਕੇ ਜਾਂ ਜਾਣੇ ਅਣਜਾਣੇ ਵਿੱਚ ਕਿਸੇ ਵੀ ਤਰੀਕੇ ਨਾਲ ਗੁਰਬਾਣੀ ਦੀ ਵਿਅਦਬੀ ਨਾ ਕਰਨ ਸੁਚੇਤ ਰਹੋ ਗੁਰੂ ਕੇ ਸਿੱਖੋ ਅਸੀਂ ਖੁਦ ਹੀ ਗੁਰਬਾਣੀ ਦੀ ਵਿਅਦਬੀ ਕਰਾਂਗੇ ਤਾਂ ਫਿਰ ਅਦਬ ਕੌਣ ਕਰੇਗਾ ਸੋਚੋ ਜ਼ਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ